ਕੁਮਾਰ ਨਾਂ ਆ ਜੀ, ਮੇਰੇ ਭੈਣ ਦਾ ਨਾਂ ਰੀਆ ਵਾਸਦੇਵ ਆ ਜੀ। ਅਸੀਂ ਡੰਗਰਾਂ ਦਾ ਕੰਮ ਕਰਦੇ ਹਾਂ ਔਰ ਸ਼ੁਰੂ ਤੋਂ ਰਹਿੰਦੇ ਹਾਂ ਜੀ। ਸਾਨੂੰ ਹੋ ਗਏ ਔਰ 20-25-30 ਸਾਲ ਰਹਿੰਦੇ ਹਨ ਅਤੇ ਸਾਨੂੰ ਨਾ ਜੀ ਆਹ 2-3 ਵਾਰੀ ਆਹ ਸਾਡੇ ਡੰਗਰ ਗੁਜ਼ਰ ਗਏ ਜੀ। 1-2 ਵਾਰ ਕਦੇ ਦਵਾਈਆਂ ਨਿਕਲੀਆਂ, ਕਦੇ ਸੂਈਆਂ ਨਿਕਲਦੀਆਂ, ਕਦੇ ਆਹ ਕਾਚੂ ਦੀ ਆਹ ਵਾਰਦਾਤ ਪਹਿਲੀ ਵਾਰੀ ਹੋਈ ਹੈ ਜੀ। ਕਿੰਨੇ ਡੰਗਰ ਮਰੇ ਅਤੇ ਕਿੰਨੇ? 6 ਪਹਿਲਾਂ ਮਰੇ ਹੈ ਜੀ, 5-6 ਜ਼ਖਮੀ ਹੋਏ ਪਏ। ਇਹ ਕਾਚੂ ਨਿਕਲਿਆ ਜੀ ਹਸਪਤਾਲ ਸਾਹਿਬ, ਡਾਕਟਰ ਸਾਹਿਬ। ਕਿੰਨੇ ਜਾਨਵਰ ਮਰੇ ਆ? 6 ਮਰ ਗਏ ਜੀ। ਨਹੀਂ, ਅੱਜ ਕਿੰਨੇ ਮਰੇ? ਅੱਜ 1 ਮਰਿਆ ਜੀ, ਬਾਕੀ ਜ਼ਖਮੀ ਆ। ਕਿੰਨੇ ਜ਼ਖਮੀ? 6 ਜ਼ਖਮੀ ਹੋਏ। ਕਿਸੇ ਦੇ ਸ਼ੱਕ ਹੈਗਾ ਕੁਝ? ਹਾਂਜੀ। ਕੌਣ ਹੈ ਬੰਦੇ? ਕੌਣ ਹੈ? ਇੱਕ ਤਾਂ ਜੀ ਆ ਨਾਲ ਘਰ ਰਹਿੰਦੇ ਆ, ਇੱਕ ਇੱਧਰ। ਕਿਉਂ ਤੁਹਾਨੂੰ ਕਿਉਂ ਤੰਗ ਪਛਾਣ ਕੀਤਾ ਜਾਂਦਾ ਵੀਰ ਜੀ? ਅਸੀਂ ਤਾਂ ਮਿਹਨਤ ਮਜ਼ਦੂਰੀ ਕਰਦੇ ਹਾਂ, ਰੇੜੀ ਰੂੜੀ 'ਚ ਚਲਾਉਂਦੇ ਹਾਂ, ਬਾਕੀ ਮਾੜਾ ਮੋਟਾ ਇਹ ਕਰਦੇ ਹਾਂ। ਤੁਹਾਨੂੰ ਸ਼ੱਕ ਕਿਹਦੇ ਲਈ ਇਹਨਾਂ 'ਤੇ? ਇਹ ਸਾਨੂੰ ਜਦੋਂ ਅਸੀਂ ਡੰਗਰ ਲਾਉਂਦੇ ਹਾਂ, ਮਾੜਾ ਮੋਟਾ ਗੋਬਰ ਲੱਗਿਆ ਹੁੰਦਾ ਡੰਗਰਾਂ ਦੇ, ਗੋਹਾ ਗੂਹਾ ਹੁੰਦਾ, ਇਹ ਕਹਿੰਦੇ ਸੀ ਤੁਸੀਂ ਨਾਲ ਹੀ ਝਾੜੂ ਨਹੀਂ ਮਾਰਦੇ। ਮਾਰਦੇ ਹਾਂ ਜੀ, ਅਸੀਂ ਕਮੇਟੀ ਵਾਲਿਆਂ ਨੂੰ ਪੁੱਛ ਲਓ। ਪੁਲਿਸ ਨੂੰ ਦੱਸਤਾ ਇਸ ਬਾਰੇ? ਅਸੀਂ ਪੁਲਿਸ ਨੂੰ ਪਹਿਲਾਂ 2 ਵਾਰ ਦੱਸਿਆ ਜੀ, ਇਹ ਅੱਜ ਦੱਸਤਾ। ਅੱਜ ਤਾਂ ਜੀ ਉਹ ਮੌਕਾ ਦੇਖ ਗਏ। ਅੱਜ ਸਾਨੂੰ ਸੂਚਨਾ ਮਿਲੀ ਕਿ ਇੱਕ ਡੈਰੀ ਫਾਰਮ ਕਰਿਆ ਹੋਇਆ ਇੱਕ ਬੰਦੇ ਨੇ, ਅਤੇ ਇੱਥੇ ਕਿਸੇ ਨੇ ਰਾਤ ਇੱਕ ਗਊ ਦੀਆਂ ਅੰਤਰੀਆਂ ਬਾਹਰ ਕੱਢਤੀਆਂ ਅਤੇ ਸਾਰੀ ਕੱਟ ਵੱਢ ਕੇ ਉਹਦਾ ਪੇਟ ਕੱਟਤਾ ਅਤੇ ਉਹ ਮ੍ਰਿਤਕ ਪਈ ਹੈ। ਅਤੇ ਉਸ ਤੋਂ ਇਲਾਵਾ 5-7 ਗਊਆਂ ਦੇ ਹੋਰ ਚਾਕੂ ਔਰ ਕਿਰਚਾਂ ਮਾਰੀਆਂ ਹੋਈਆਂ, ਅਤੇ SHO ਸਾਹਿਬ ਮੌਕੇ 'ਤੇ ਪਹੁੰਚ ਗਏ ਨੇ ਔਰ ਪੜਤਾਲ ਕਰ ਰਹੇ ਨੇ। ਸਾਨੂੰ ਜਿਹੜੇ ਬੰਦਿਆਂ 'ਤੇ ਸ਼ੱਕ ਹੈ ਅਸੀਂ SHO ਸਾਹਿਬ ਨੂੰ ਦੱਸਿਆ ਵੀ ਹੈ, ਅਤੇ ਬਾਕੀ SHO ਸਾਹਿਬ ਵੀ ਫਿੰਗਰ ਪ੍ਰਿੰਟ ਦੇ ਆਧਾਰ 'ਤੇ ਜਲਦ ਤੋਂ ਜਲਦ ਉਹ ਕਹਿ ਰਹੇ ਹੈ ਅਸੀਂ ਇਹ ਬੰਦਿਆਂ ਨੂੰ ਅਰੈਸਟ ਕਰਾਂਗੇ। ਸਾਡੀ ਪ੍ਰਸ਼ਾਸਨ ਤੋਂ ਅੱਗੇ ਵੀ ਇਹੀ ਅਪੀਲ ਹੈ ਕਿ ਕੱਲ੍ਹ ਨੂੰ ਬੜਾ ਹਾਦਸਾ ਕਿਸੇ ਗਊਸ਼ਾਲਾ 'ਚ ਜਾਂ ਕਿਤੇ ਵੀ ਹੋ ਸਕਦਾ ਹੈ, ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਬਹੁਤ ਜਲਦੀ ਨਕੇਲ ਪਾਈ ਜਾਵੇ, ਕਿਉਂਕਿ ਇਹ ਗਊ ਮਾਤਾ ਦਾ ਮਾਮਲਾ ਸਾਡੀ ਆਸਥਾ ਨਾਲ ਜੁੜਿਆ ਵਾ ਮਾਮਲਾ। ਇਸ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਜਲਦੀ ਤੋਂ ਜਲਦੀ ਕਾਰਵਾਈ ਦੀ ਆਦੇਸ਼ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਕਾਰਵਾਈ ਕਰੇ। ਅਗਰ ਇਹ 24 ਘੰਟੇ 'ਚ ਕੋਈ ਬੰਦਾ ਨਹੀਂ ਇਹਨਾਂ ਨੇ ਅਰੈਸਟ ਕੀਤਾ, ਕਿਉਂਕਿ ਸਾਨੂੰ ਪਤਾ ਹੈ ਅਸੀਂ ਬੰਦਿਆਂ ਦੇ ਜਿਨ੍ਹਾਂ ਦੇ ਸ਼ੱਕ ਹੈ ਉਹਨਾਂ ਦੇ ਨਾਮ ਪਤੇ ਵੀ ਦੱਸੇ ਇਹਨਾਂ ਨੂੰ, ਫਿੰਗਰ ਪ੍ਰਿੰਟ ਦੇ ਹਿਸਾਬ ਨਾਲ ਜਾਂ ਡੰਪ ਚੁਕਾ ਕੇ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ, ਨਹੀਂ ਤਾਂ ਕੋਈ ਇੱਥੇ ਫਿਰ ਬੜਾ ਪ੍ਰੋਟੈਸਟ ਕਰ ਲਿਆ ਜਾਏਗਾ। ਤੂੰ ਜਾਨਵਰ ਹੈਗਾ ਪਸ਼ੂ ਪਾਲਕ ਦੇ, ਇਹਦੇ 'ਚ ਇੱਕ ਜਾਨਵਰ ਦੀ ਮੌਤ ਹੋ ਚੁੱਕੀ ਆ। ਇੱਕ ਸੀਰੀਅਸ ਕੰਡੀਸ਼ਨ 'ਚ ਸੀਗਾ, ਉਹਦੇ ਜਾਣੀ ਸ਼ਾਰਪ ਕੱਟ ਲੱਗਦਾ, ਉਹ ਅਸੀਂ ਪੋਲੀ ਕਲੀਨਿਕ ਸਾਡੇ ਕੋਲ ਗਿਆ ਸੀ, ਉਹਦਾ ਅਸੀਂ ਉਹ ਜਿਹੜਾ ਵੈਪਨ ਸੀਗਾ ਵਿੱਚ ਉਹ ਕੱਢ ਲਿਆ ਹੋਇਆ, ਅਤੇ ਉਹਦੀ ਡਰੈਸਿੰਗ ਕਰਕੇ ਉਹਨੂੰ ਉਹ ਹੁਣ ਉੱਥੇ ਅੰਡਰ ਟ੍ਰੀਟਮੈਂਟ ਹੈਗਾ। 2 ਜਾਨਵਰ ਇੱਥੇ ਅਸੀਂ ਹੋਰ ਆ, ਉਹਨਾਂ 'ਚ ਵੀ ਉਹਨੇ ਮਾਰਨ ਦੀ ਜਿਹੜਾ ਕੋਈ ਸ਼ਾਰਪ ਚੀਜ਼ ਕੋਸ਼ਿਸ਼ ਕੀਤੀ, ਜਿਹੜਾ ਵੀ ਕੋਈ ਕਲਪਰੇਟ ਹੈਗਾ, ਅਤੇ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ। ਮੁੱਢਲੀ ਜਾਂਚ 'ਚ ਕੁਝ ਲੱਗਿਆ ਕਿ ਹਾਂ ਵੀ ਇਹਨਾਂ ਨੂੰ ਬਾਕੀ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ? ਹੈ ਤਾਂ ਇਹ ਸ਼ਰਾਰਤਬਾਜ਼ੀ ਦਾ ਹੋ ਸਕਦਾ, ਬਾਕੀ ਜਿਵੇਂ ਵੀ ਪੁਲਿਸ ਆਪਣਾ ਕਾਰਵਾਈ ਕਰ ਰਹੀ ਆ ਉਹਦੇ ਅਕੋਰਡਿੰਗਲੀ ਜਿਹੜੀ ਰਿਕੁਐਸਟ ਆਵੇਗੀ ਅਸੀਂ ਆਪਣੀਆਂ ਫਾਈਂਡਿੰਗ ਦੇ ਦਾਂਗੇ। ਤੁਹਾਡਾ ਨਾਮ ਕੀ? ਮੈਂ ਡਾਕਟਰ ਕੁਲਦੀਪ ਸਿੰਘ ਹਾਂ,
ਸੀਨੀਅਰ ਵੈਟਨਰੀ ਅਫਸਰ ਰੋਪੜ। ਬੜੀ ਮਦਭਾਗੀ ਗੱਲ ਹੈ ਵੀ ਇਹ ਇੰਸਟਾਂਸ ਰੋਪੜ ਦੇ ਵਿੱਚ ਪੰਜਾਬ ਪਹਿਲਾਂ ਸਟਾਰਟ ਹੋਇਆ। ਇਹ ਮਤਲਬ ਬੇਨਤੀ ਬੰਦੇ ਨੇ, ਕੋਈ ਬੰਦਾ ਜਿਹੜਾ ਵੀ ਆਇਆ ਹੈ ਉਹਨੇ ਰੋਪੜ ਸ਼ਹਿਰ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਸਾਰਾ ਕੁਛ ਕਰਿਆ ਹੋਵੇ, ਜੋ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਨਿਰਦੇਸ਼ ਨਾਲ ਗਾਵਾਂ 'ਤੇ ਅੱਤਿਆਚਾਰ ਕੀਤਾ ਹੈ। ਉਹ ਜਿਹੜੀਆਂ ਗਾਵਾਂ ਇੱਕ ਮਰ ਗਈ, ਜਿਵੇਂ ਕਿਤੇ ਚਾਕੂ ਅੰਦਰ ਛੱਡ ਕੇ ਭੱਜ ਗਏ, ਪੰਜ ਗਊਆਂ ਦੇ ਚੱਕ ਮਾਰ ਕੇ ਛੱਡਤਾ, ਜ਼ਿਆਦਾ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ, ਪਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹੀ। ਇਹ ਤਾਂ ਜਾਣ 'ਚੋਂ ਹੀ ਪਤਾ ਲੱਗੇਗਾ, ਕਿਉਂਕਿ ਅਸਲੀਅਤ ਮੌਕੇ 'ਤੇ ਪੁਲਿਸ ਪਹੁੰਚ ਚੁੱਕੀ ਹੈ, ਇਹਨਾਂ ਨੇ ਤੁਰਤੀ ਸ਼ੁਰੂ ਕਰਤੀ ਹੈ। ਬਾਕੀ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਕਿ ਸਾਨੂੰ ਪੁਲ ਬਾਜ਼ਾਰ ਤੋਂ ਇਨਫੋਰਮੇਸ਼ਨ ਮਿਲੀ ਹੈ ਹੁਣੇ ਥੋੜ੍ਹੀ ਦੇਰ ਪਹਿਲਾਂ ਮੋਰਨਿੰਗ 'ਚ, ਕਿ ਜਿਹੜਾ ਪਰਮ ਵਾਸੂਦੇਵਾ ਡੈਰੀ ਹੈ ਇਹਦੇ 'ਚ ਇਹਦੀ ਜਿਹੜੀ ਚੱਕੂ ਗਾਵਾਂ 'ਤੇ ਮਾਰਿਆ ਗਿਆ, ਸੋ ਅਸੀਂ ਮੌਕੇ 'ਤੇ ਆ ਗਏ, ਪੜਤਾਲ ਕਰ ਰਹੇ ਹਾਂ। ਸਰ ਕਿੰਨੇ ਡੰਗਰ ਮਰੇ ਇਹਦੇ 'ਚ? ਜਿੱਦਾਂ ਇੱਕ ਡਾਕਟਰ ਗਾਂ ਤਾਂ ਅਸੀਂ ਹੋਸਪਿਟਲ ਲੈ ਕੇ ਗਏ ਹਾਂ, ਇੱਕ ਗਾਂ ਜਿਹੜੀ ਉਹਦੀ ਡੈਥ ਹੋਈ। ਕੀ ਜਾਂਚ ਕੀ ਚੱਲ ਰਹੀ ਹੈ? ਜਾਂਚ